ਬਾਸਮਤੀ ਦੀਆਂ ਕੁਝ ਕੁ ਕਿਸਮਾਂ ਨੂੰ ਛੱਡ ਕੇ ਬਾਕੀ ਜਿੰਨੇ ਵੀ ਝੋਨੇ ਨੇ ਲਗਭਗ 85% ਦੇ ਲਾਗੇ ਬੰਨੇ ਉਹਨਾਂ ਦੇ ਦਾਣੇ ਸਖਤੇ ਹੋਣੇ ਸ਼ੁਰੂ ਹੋ ਗਏ ਨੇ ਜ ਜਨੂੰ ਅਸੀਂ ਹਾਰਡ ਡਵ ਸਟੇਜ ਜਾਂ ਸੌਫਟ ਡਵ ਸਟੇਜ ਕਹਿੰਨੇ ਆ ਇਹ ਜੜੀਆਂ ਅਵਸਥਾਵਾਂ ਚੱਲੀ ਜਾਂਦੀਆਂ ਨੇ ਇਸ ਸਮੇਂ ਝੋਨੇ ਦੀ ਫਸਲ ਦੇ ਵਿੱਚ ਪਾਣੀ ਸਮੇਂ ਕੀਤੀ ਇੱਕ ਨਿੱਕੀ ਜੀ ਗਲਤੀ ਜਿਹੜੀ ਆਪਾਂ ਨੂੰ ਬੜਾ ਪਿੱਛੇ ਸੁੱਟ ਦਿੰਦੀ ਏ ਝੋਨਾ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਹੌਪਰ ਦਾ ਅਟੈਕ ਤੇਲੇ ਦਾ ਅਟੈਕ ਜਿਹੜਾ ਬੜਾ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇਸ ਸਮੇਂ ਜਦੋਂ ਤੁਹਾਡੇ ਝੋਨੇ ਦੇ ਪੱਤੇ ਖੀਲੇ ਹੋ ਜਾਂਦੇ ਨੇ ਉਦੋਂ ਕੋਈ ਵੀ ਸਪਰੇਅ ਉਹਦੇ ਵਿੱਚ ਨਹੀਂ ਤੁਰਦੀ ਕੋਈ ਵੀ ਦਵਾਈ ਉਹਨਾਂ ਚਿਰ ਹੀ ਤੁਰਦੀ ਏ ਝੋਨੇ ਦੇ ਵਿੱਚ ਜਿੰਨਾ ਚਿਰ ਉਹ ਬੂਟਾ ਜਿਉਂਦਾ ਹੈ ਜਦੋਂ ਬੂਟਾ ਮਰਨਾ ਸ਼ੁਰੂ ਹੋ ਜਾਂਦਾ ਹੈ ਤੇ ਕੋਈ ਵੀ ਕੀਤੀ ਆਪਣੀ ਦਵਾਈ ਜਿਹੜੀ ਏ ਸਿਰਫ ਉੱਤੇ ਪਈ ਰਹਿੰਦੀ ਏ ਉਹਨੂੰ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਖਾराक ਨੂੰ ਪੌਦੇ ਜਿਹੜੇ ਆਪਣੇ ਵਿੱਚ ਅਬਜ਼ੌਰਬ ਨਹੀਂ ਕਰਦੇ ਕਿਉਂਕਿ ਪੌਦੇ ਨੇ ਆਪਣੇ ਦਿਨ ਜਿਹੜੇ ਆ ਸਮਾਪਤ ਕਰਨੇ ਹੁੰਦੇ ਨੇ ਆਪਣੀ ਪੂਰੀ ਜਿੰਦ ਜਾਨ ਜਿਹੜੀ ਏ ਉਹਨੂੰ ਦਾਣੇ ਦੇ ਵਿੱਚ ਪਰ ਕੇ ਉਹਦੇ ਤੋਂ ਬਾਅਦ ਦੇ ਵਿੱਚ ਸੁੱਕਣਾ ਹੁੰਦਾ ਹੈ ਸੋ ਇਸ ਵੀਡੀਓ ਦੇ ਵਿੱਚ ਬੜੀ ਇੱਕ ਮਹੱਤਵਪੂਰਨ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੇ ਨਵੇਂ ਫਾਰਮਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹਲੇ ਤੱਕ ਤਾਂ ਜਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਜੜੀ ਕੋ ਨੂੰ ਦਬਾ ਲਓ ਜ਼ਿਆਦਾ ਕਿਸਾਨਾਂ ਦੇ ਕੋਲੋਂ ਗਲਤੀ ਕੀ ਹੁੰਦੀ ਹੈ ਜਿਹਦੇ ਕਾਰਨ ਐਂਡ ਦੇ ਵਿੱਚ ਜਾ ਕੇ 2 ਤੋਂ 3 ਕੁਇੰਟਲ ਝਾੜ ਉੱਡ ਜਾਂਦਾ ਹੈ ਉਹ ਗਲਤੀ ਇਹ ਹੁੰਦੀ ਹੈ ਕਿ ਜਦੋਂ ਆਪਾਂ ਪੱਕੇ ਝੋਨੇ ਦੇ ਵਿੱਚ ਵੀ ਪਾਣੀ ਭਰ ਕੇ ਰੱਖਦੇ ਹਾਂ ਰਾਤ ਨੂੰ ਤਰੇਲ ਪੈਂਦੀ ਹੈ ਜਦੋਂ ਹਵਾ ਚੱਲਦੀ ਹੈ ਉਸ ਪਾਣੀ ਨੂੰ ਤਾਂ ਉਹ ਚੁੱਕਦੀ ਹੈ ਹਵਾ ਪੱਕੇ ਦਾਣਿਆਂ ਦੇ ਨਾਲ ਉਹ ਸਿੱਲੀ ਹਵਾ ਜਦੋਂ ਟਕਰਾਂਦੀ ਏ ਤਾਂ ਉਹ ਦਾਣੇ ਜਿਹੜੇ ਨੇ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਕੋਈ ਵੀ ਪੱਕੀ ਜੇਕਰ ਫਸਲ ਹੈ ਕੋਈ ਵੀ ਪੱਕਾ ਅਨਾਜ ਹੈ ਜਿਹੜਾ ਬਿਲਕੁਲ 100% ਹੋ ਚੁੱਕਾ ਹੈ ਇਹ ਕੁਦਰਤ ਦਾ ਇੱਕ ਨਿਯਮ ਹੈ ਕਿ ਕਿਸੇ ਵੀ ਅਨਾਜ ਨੂੰ ਜੇਕਰ ਵਰਤੋਂ ਦੇ ਵਿੱਚ ਨਹੀਂ ਲਿਆਂਦਾ ਜਾਂਦਾ ਪੱਕਣ ਤੋਂ ਬਾਅਦ ਦੇ ਵਿੱਚ ਵੀ ਤਾਂ ਨਮੀ ਉਸ ਫਸਲ ਨੂੰ ਖਰਾਬ ਕਰਨਾ ਸ਼ੁਰੂ ਕਰਦੀ ਏ ਇਹਦੇ ਤੋਂ ਬਾਅਦ ਵਿੱਚ ਜੇਕਰ ਜ਼ਿਆਦਾ ਪਾਣੀ ਭਰ ਕੇ ਰੱਖਿਆ ਜਾਂਦਾ ਹੈ ਚੋਨਾ ਡਿੱਗਣ ਦਾ ਵੀ ਡਰ ਹੁੰਦਾ ਹੈ ਡਿੱਗ ਕੇ ਖਰਾਬ ਹੁੰਦਾ ਹੈ ਹੌਪਰ ਜੇਕਰ ਆ ਜਾਂਦਾ ਹੈ ਤਾਂ ਉਹ ਵੀ ਨੁਕਸਾਨ ਕਰਦਾ ਹੈ ਜੇਕਰ ਵੱਧ ਜਾਂਦਾ ਹੈ ਸੋ ਜਿੰਨਾ ਚਿਰ ਮੁੱਕਦੀ ਜਿਹੜੀ ਗੱਲ ਹੈ ਜੱਟੂ ਭਾਸ਼ਾ ਦੇ ਵਿੱਚ ਜੇਕਰ ਆਪਾਂ ਤੁਹਾਨੂੰ ਕਹਿੰਨੇ ਆ ਜਿੰਨਾ ਚਿਰ ਤੁਹਾਡੇ ਝੋਨੇ ਦੇ ਦਾਣੇ ਹਰੇ ਨੇ ਉਹਨਾਂ ਚਿਰ ਤੁਸੀਂ ਪਾਣੀ ਰੱਖਣਾ ਹੈ ਪਾਣੀ ਰੱਖਣਾ ਵੀ ਇਦਾਂ ਹੈ ਕਿ ਆਪਾਂ ਇੱਕ ਵਾਰੀ ਪਾਣੀ ਦੇ ਦੇਣਾ ਹੈ ਉਹਦੇ ਤੋਂ ਬਾਅਦ ਦੇ ਵਿੱਚ ਜਦੋਂ ਪਾਣੀ ਜੀਰ ਜਾਂਦਾ ਹੈ ਪੂਰੀ ਤਰ੍ਹਾਂ ਤਿੱਜੇ ਚੌਥੇ ਦਿਨ ਆਪਾਂ ਛੋਣੇ ਨੂੰ ਫਿਰ ਦੁਬਾਰੇ ਪਾਣੀ ਲਾਉਣਾ ਹੈ ਤੇ ਜਦੋਂ ਲਗਭਗ 85% ਦੇ ਲਾਗੇ ਬੰਨੇ 90% ਦੇ ਲਾਗੇ ਬੰਨੇ ਇੱਕ ਮੁੰਜਰ ਦੇ ਵਿੱਚੋਂ ਦਾਣੇ ਲਾਲ ਹੋ ਜਾਣ ਤਾਂ ਉਦੋਂ ਆਪਾਂ ਨੂੰ ਛੋਣੇ ਦੇ ਵਿੱਚੋਂ ਪਾਣੀ ਬੰਦ ਕਰਨ ਦਾ ਜਿਹੜਾ ਸਲਾਹ ਹੈ ਉਹ ਬਣਾ ਲੈਣੀ ਚਾਹੀਦੀ ਹੈ ਆਪਣੇ ਕਣਕ ਦੇ ਵੱਤਰ ਨੂੰ ਬਰਕਰਾਰ ਰੱਖਣ ਦੇ ਵਾਸਤੇ ਜਿੰਨੇ ਇੱਕ ਦਿਨ ਤੁਹਾਡੀ ਜ਼ਮੀਨ ਬੱਤਰ ਰੱਖਦੀਏ ਤੁਸੀਂ ਇਹ ਸਾਬਕਿਤਾਬ ਲਾ ਲੈਣਾ ਤੇ ਆਖਰੀ ਪਾਣੀ ਲਾ ਕੇ ਝੋਨੇ ਨੂੰ ਕੰਮ ਜਿਹੜਾ ਨਿਬੇੜ ਦੇਣਾ ਜੇਕਰ ਤੁਸੀਂ ਜ਼ਿਆਦਾ ਲੇਟ ਤੱਕ ਪਾਣੀ ਖੜਦਿਓ ਜਾਂ ਪਾਣੀ ਜਿਹੜਾ ਜ਼ਿਆਦਾ ਭਰ ਕੇ ਖਲਾਰ ਕੇ ਰੱਖਦੇ ਹੋ ਤੇ ਇਹਦੇ ਨਾਲ ਝੋਨਾ ਪੱਕਦਾ ਵੀ ਇੱਕ ਸਾਰ ਨਹੀਂ ਹੈ ਤੁਹਾਡੇ ਕੁਝ ਦਾਣੇ ਜਿਹੜੇ ਹਰੇ ਰਹਿ ਜਾਣਗੇ ਵਿੱਚ ਕਿਉਂਕਿ ਜਿੰਨਾ ਚਿਰ ਤੱਕ ਪੌਦੇ ਨੂੰ ਪਾਣੀ ਮਿਲਦਾ ਜਾਊਗਾ ਉਨਾਂ ਚਿਰ ਤੱਕ ਨਮੀ ਜਿਹੜੀ ਤਾਂ ਨੂੰ ਚੁੱਕੀ ਜਾਣੀ ਹੈ ਤੇ ਦਾਣਿਆਂ ਦੇ ਵਿੱਚੋਂ ਹਰਾਪਣ ਜਿਹੜਾ ਨਮੀ ਜਿਹੜੀ ਨਹੀਂ ਜਾਣੀ ਮੰਡੀ ਦੇ ਵਿੱਚ ਜਾ ਕੇ ਆਪਾਂ ਨੂੰ ਦਿੱਕਤਾਂ ਦਾ ਸਾਹਮਣਾ ਜਿਹੜਾ ਬਾਅਦ ਵਿੱਚੋਂ ਦੀ ਕਰਨਾ ਪੈਣਾ ਹੈ ਇਸ ਕਰਕੇ ਜਦੋਂ 85 90% ਤੁਹਾਡੇ ਝੋਨੇ ਦੇ दाਣੇ ਲਾਲ ਹੋ ਜਾਂਦੇ ਨੇ ਉਦੋਂ ਤੁਸੀਂ ਸਿਰਫ ਆਪਣੇ ਕਣਕ ਬੀਜਣ ਦੇ ਵਾਸਤੇ ਜਿਹੜਾ ਵੱਤਰ ਤੁਹਾਨੂੰ ਚਾਹੀਦਾ ਹੈ ਉਹ ਵੱਤਰ ਨੂੰ ਬਰਕਰਾਰ ਬਣਾਉਣ ਤੋਂ ਬਾਅਦ ਵਿੱਚ ਪਾਣੀ ਬੰਦ ਕਰ ਦੇਣਾ ਹੈ ਬਾਕੀ ਇਹ ਵੀਡੀਓ ਵੇਖਣ ਤੋਂ ਬਾਅਦ ਦੇ ਵਿੱਚ ਜੇ ਜਾਣਕਾਰੀ ਚੰਗੀ ਲੱਗੇ ਹੋਰ ਕਿਸਾਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੇ ਵੇਖਣ ਲਈ ਤੇ ਸ਼ੇਅਰ ਕਰਨ ਲਈ ਖਾਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ